ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰਾ ਦੇਸ਼ ਸਰਕਾਰ ਵੱਲੋਂ ਲੋਕਡਾਊਨ ਕਰ ਦਿੱਤਾ ਗਿਆ, ਉੱਥੇ ਹੀ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਵਾਇਰਸ ਦੇ ਲੋਕਡਾਊਨ ਦੌਰਾਨ ਕਿਸੇ ਵੀ ਗੁਰਦੁਆਰੇ ਦੇ ਵਿੱਚ ਜਿਹੜਾ ਇਕੱਠ ਹੈ ਸੰਗਤਾਂ ਵੱਲੋਂ ਨਾ ਕੀਤਾ ਜਾਵੇ। ਅਤੇ ਕੱਲ੍ਹ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਵੀ ਇਹੀ ਅਪੀਲ ਜਿਹੜੀ ਦੁਬਾਰਾ ਸੰਗਤਾਂ ਨੂੰ ਕੀਤੀ ਗਈ ਹੈ। ਇਸ ਵੇਲੇ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਮੌਜੂਦ ਹੈ, ਜਿੱਥੇ ਵਿਸਾਖੀ ਦਾ ਤਿਉਹਾਰ ਜਿਹੜਾ ਹੈ ਬੜੇ ਹੀ ਧੂਮਧਾਮ ਨਾਲ ਅਤੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਾਲਾਂਕਿ ਕੋਰੋਨਾ ਵਾਇਰਸ ਕਰਕੇ ਜਿਹੜੀ ਇਹ ਅਪੀਲ ਹੈ ਸੰਗਤਾਂ ਨੂੰ ਕੀਤੀ ਗਈ ਹੈ, ਸਾਡੇ ਨਾਲ ਸਿੰਘ ਸਾਹਿਬਾਨ ਗਿਆਨੀ ਪ੍ਰਣਾਮ ਸਿੰਘ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰ ਲੈਂਦੇ ਹਾਂ। ਸਿੰਘ ਸਾਹਿਬਾਨ, ਜਿਵੇਂ ਕਿ ਜਥੇਦਾਰ ਸਾਹਿਬ ਜੀ ਨੇ ਅਪੀਲ ਕੀਤੀ ਸੀ, ਹੁਣ ਡਿਪਟੀ ਕਮਿਸ਼ਨਰ ਵੱਲੋਂ ਵੀ ਇਹ ਅਪੀਲ ਕੀਤੀ ਗਈ ਹੈ, ਕੀ ਕਹਿਣਾ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਦੇ ਅੰਦਰ ਗੁਰੂ ਸਾਹਿਬਾਨ ਦੇ ਪਾਵਨ ਪ੍ਰਕਾਸ਼ ਦਿਹਾੜੇ ਅਤੇ ਖਾਲਸਾ ਸਾਜਣਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ। ਔਰ ਇਸ ਅਪ੍ਰੈਲ ਮਹੀਨੇ ਦੇ ਵਿੱਚ ਸਾਡੇ ਜਿਹੜੇ ਅਹਿਮ ਵੱਡੇ ਦਿਹਾੜੇ ਨੇ, ਜਿਸ ਤਰ੍ਹਾਂ ਕਿ 12 ਅਪ੍ਰੈਲ ਨੂੰ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ, ਜਿਨ੍ਹਾਂ ਦੀ ਪਾਵਨ ਧਰਤੀ ਚਰਨ ਛੋਹ ਅਸਥਾਨ 'ਤੇ ਅਸੀਂ ਖੜ੍ਹੇ ਹਾਂ। ਇਸ ਅਸਥਾਨ ਤੋਂ ਨਗਰ ਕੀਰਤਨ ਆਰੰਭ ਹੁੰਦੇ ਨੇ। ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ। ਔਰ 13 ਅਪ੍ਰੈਲ ਨੂੰ ਖਾਲਸਾ ਸਾਜਣਾ ਦਿਵਸ ਇਸ ਸਥਾਨ 'ਤੇ ਬਹੁਤ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ 14 ਅਪ੍ਰੈਲ ਨੂੰ ਨਾਲ ਹੀ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਹੈ ਉਹ ਆ ਰਿਹਾ, ਉਹ ਵੀ ਇੱਥੇ ਇਸ ਸਥਾਨ 'ਤੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਲ ਦੇ ਬੱਚੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਬਾਣੀ ਦਾ ਜਾਪ ਕਰਕੇ ਹਾਜ਼ਰੀ ਲਵਾਈ ਜਾਂਦੀ ਹੈ। ਪਰ ਇਸ ਵਾਰੀ ਜਿਹੜੀ ਹੈ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਪੂਰੇ ਵਿਸ਼ਵ ਦੇ ਵਿੱਚ ਫੈਲੀ ਹੋਈ ਹੈ, ਬੜੀਆਂ ਕੀਮਤੀ ਜਾਨਾਂ ਵੀ ਜਾ ਰਹੀਆਂ ਨੇ, ਔਰ ਸਾਰੇ ਸਮੁੱਚੇ ਦੇਸ਼ਾਂ ਵੱਲੋਂ ਰਲ ਮਿਲ ਕੇ ਯਤਨ ਕੀਤਾ ਜਾ ਰਿਹਾ ਇਹਦੀ ਲੜੀ ਨੂੰ ਤੋੜਨ ਵਾਸਤੇ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਵੱਲੋਂ ਸਮੂਹ ਸੰਗਤਾਂ ਨੂੰ ਉਦੇਸ਼ ਹੋਇਆ ਕਿ ਇਸ ਵਾਰੀ ਜਿੰਨੇ ਵੀ ਸਾਡੇ ਸਮਾਗਮ ਹਨ, ਜਿਹੜੇ ਧਾਰਮਿਕ ਦਿਹਾੜੇ ਹਨ, ਉਹ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਘਰਾਂ ਦੇ ਵਿੱਚ ਬੈਠ ਕੇ ਬਾਣੀ ਦਾ ਜਾਪ ਕਰਕੇ, ਸਹਿਜ ਪਾਠ ਕਰਕੇ, ਬਾਣੀ ਦਾ ਜਾਪ ਕਰਕੇ, ਸੁਖਮਨੀ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ, ਜਿਸ ਤਰ੍ਹਾਂ ਵੀ ਸੰਗਤਾਂ ਘਰਾਂ ਵਿੱਚ ਕਰ ਰਹੀਆਂ ਨੇ, ਉਹ ਕਰਕੇ ਦਿਹਾੜੇ ਮਨਾਏ ਜਾਣ ਅਤੇ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ। ਸੋ ਇਸੇ ਤਰ੍ਹਾਂ ਹੀ ਹੋਇਆ, ਕੱਲ੍ਹ ਅਸੀਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਅਖੰਡ ਪਾਠ ਸਾਹਿਬ ਆਰੰਭ ਕੀਤੇ, ਜਿਸ ਵਿੱਚ ਕੇਵਲ ਅਸੀਂ ਪੰਜ ਚਾਰ ਸਰੀਰ ਜਿਹੜੇ ਸੀ ਪ੍ਰਬੰਧਕ ਜਾਣੇ ਹੀ ਉੱਥੇ ਪਹੁੰਚ ਕੇ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਕੇ ਆਏ ਹਾਂ, ਔਰ ਕੱਲ੍ਹ ਸਮਾਪਤੀ ਕੀਤੀ ਜਾਣੀ ਹੈ, ਉੱਥੇ ਵੀ ਇਹ ਪ੍ਰਬੰਧਕ ਜਾਣੇ ਹੀ ਪਹੁੰਚਣਗੇ। ਸਮੂਹ ਸੰਗਤਾਂ ਨੂੰ ਇਹੀ ਬੇਨਤੀ ਕੀਤੀ ਗਈ ਹੈ ਕਿ ਘਰ ਦੇ ਵਿੱਚ ਬੈਠ ਕੇ ਬਾਣੀ ਦਾ ਜਾਪ ਕਰਕੇ ਇਹ ਦਿਹਾੜਾ ਮਨਾਓ। ਇਸੇ ਤਰ੍ਹਾਂ ਖਾਲਸਾ ਸਾਜਣਾ ਦਿਵਸ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਦੀ ਵੀ ਅਸੀਂ ਗੱਲ ਕੀਤੀ ਹੈ ਕਿ ਘਰ ਦੇ ਵਿੱਚ ਹੀ ਬੈਠ ਕੇ ਇਹ ਦਿਹਾੜੇ ਮਨਾਏ ਜਾਣ, ਅਤੇ ਨਾਲ ਇਹ ਵੀ ਹੈ ਕਿ ਗੁਰੂ ਘਰ ਜਿਹੜੇ ਨੇ ਉਹ ਕਦੀ ਬੰਦ ਨਹੀਂ ਹੋ ਸਕਦੇ। ਗੁਰੂ ਘਰਾਂ ਦੀ ਅਸੀਂ ਸੰਗਤਾਂ ਨੂੰ ਜ਼ਰੂਰ ਅਪੀਲ ਕੀਤੀ ਹੈ ਕਿ ਸਾਰੀਆਂ ਸੰਗਤਾਂ ਘਰਾਂ ਵਿੱਚ ਬੈਠਣ, ਬਾਣੀ ਦਾ ਜਾਪ ਕਰਨ, ਗੁਰੂ ਘਰ ਵਿੱਚ ਆਪਾਂ ਇਕੱਠ ਨਾ ਕਰੀਏ, ਨਾ ਆਈਏ, ਘਰਾਂ ਦੇ ਵਿੱਚ ਬੈਠ ਕੇ ਆਪਣੀ ਹਾਜ਼ਰੀ ਲਵਾ ਲਈਏ। ਪਰ ਜੋ ਗੁਰੂ ਘਰ ਦੀ ਮਰਿਆਦਾ ਹੈ ਉਹ ਉਸੇ ਤਰ੍ਹਾਂ ਚੱਲ ਰਹੀ ਹੈ, ਜੋ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਸਮਾਪਤੀ ਤੱਕ ਕੀਰਤਨ, ਕਥਾ, ਸਵੇਰ ਦੇ ਨਿਤਨੇਮ, ਸ਼ਾਮ ਦੇ ਨਿਤਨੇਮ, ਉਹ ਉਸੇ ਤਰ੍ਹਾਂ ਨਿਰੰਤਰ ਚੱਲ ਰਹੇ ਨੇ, ਉਹ ਮਰਿਆਦਾ ਕਦੀ ਵੀ ਬੰਦ ਨਹੀਂ ਹੋ ਸਕਦੀ। ਸਮੂਹ ਸੰਗਤਾਂ ਨੂੰ ਅਸੀਂ ਬੇਨਤੀ ਜਿਹੜੀ ਹੈ ਉਹ ਆਪਣੇ ਵੱਲੋਂ ਕਰ ਦਿੱਤੀ ਹੈ। ਸਿੰਘ ਸਾਹਿਬਾਨ, ਜਿਵੇਂ ਕਿ ਲੰਗਰ ਇੱਥੇ ਬਣਾਇਆ ਜਾ ਰਿਹਾ, ਜਿਹੜੇ ਲੋੜਵੰਦ ਲੋਕ ਨੇ, ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਲੋੜਵੰਦ ਲੋਕਾਂ ਲਈ ਜਿਹੜਾ ਲੰਗਰ ਬਣਾਇਆ ਜਾ ਰਿਹਾ, ਕੀ ਉਹ ਲੰਗਰ ਇਸੇ ਤਰ੍ਹਾਂ ਬਣੇਗਾ ਕਿ ਉਸ 'ਤੇ ਵੀ ਰੋਕ ਲੱਗ ਸਕਦੀ ਹੈ? ਜਿਸ ਤਰ੍ਹਾਂ ਕਿ ਹੁਣ ਪਿੱਛੇ ਕੁਛ ਹੋਇਆ ਵੀ ਲੰਗਰ ਪਹਿਲਾਂ ਤਿੰਨੋਂ ਟਾਈਮ ਜਿਵੇਂ ਵੀ ਪ੍ਰਸ਼ਾਸਨ ਦਾ ਜਿੱਥੇ ਵੀ ਸਾਡੇ ਉਹਨਾਂ ਵੱਲੋਂ ਆਉਂਦਾ ਸੀਗਾ ਕਿ ਫਲਾਣੀ ਜਗ੍ਹਾ 'ਤੇ ਲੰਗਰ ਭੇਜਣਾ, ਅਸੀਂ ਤਿਆਰ ਕਰਕੇ ਭੇਜਦੇ ਸੀ। ਕੁਝ ਦਿਨ ਤੋਂ ਜਿਹੜਾ ਹੈ ਉਹਦੇ 'ਤੇ ਵੀ ਰੋਕ ਲੱਗੀ ਹੈ, ਕਿਉਂਕਿ ਹਾਲਾਤਾਂ ਨੂੰ ਵੇਖਦਿਆਂ, ਸਮੇਂ ਨੂੰ ਵੇਖਦਿਆਂ ਹੋਇਆਂ ਹੁਣ ਸਾਡੇ ਵੱਲੋਂ ਜਿਹੜਾ 24 ਘੰਟੇ ਲੰਗਰ ਗੁਰੂ ਘਰ ਦੇ ਵਿੱਚ ਚੱਲ ਰਿਹਾ, ਪਰ ਹੁਣ ਜਿਹੜਾ ਹੈ ਉਹ ਕਰਫਿਊ ਦੇ ਦੌਰਾਨ ਜਿਹੜਾ ਕੋਈ ਬਹੁਤਾ ਇੱਥੇ ਨਹੀਂ ਪਹੁੰਚ ਸਕਦਾ, ਅਤੇ ਬਾਕੀ ਜਿਵੇਂ ਪ੍ਰਸ਼ਾਸਨ ਕਹੇਗਾ ਜੇ ਉਹਨਾਂ ਨੂੰ ਕਿਤੇ ਲੋੜ ਮਹਿਸੂਸ ਹੋਵੇਗੀ ਉਹ ਅਸੀਂ ਤਿਆਰ ਕਰਕੇ ਭੇਜ ਦਿਆਂਗੇ। ਸੋ ਜਿਵੇਂ ਕਿ ਗਿਆਨੀ ਪ੍ਰਣਾਮ ਸਿੰਘ ਜੀ ਨੇ ਦੱਸਿਆ ਕਿ ਜਿਹੜੀਆਂ ਸੰਗਤਾਂ ਨੇ ਉਹ ਆਪਣੇ ਘਰੇ ਬੈਠ ਕੇ ਹੀ ਸਿਮਰਨ ਕਰਨ, ਰੱਬ ਦਾ ਨਾਮ ਲੈਣ, ਅਤੇ ਭਾਰੀ ਇਕੱਠ ਹੈ ਜਿਹੜਾ ਗੁਰਦੁਆਰਿਆਂ ਦੇ ਵਿੱਚ ਨਾ ਕਰਨ, ਕਿਉਂਕਿ ਵਿਸਾਖੀ ਦਾ ਤਿਉਹਾਰ ਹਾਲਾਂਕਿ ਪਟਿਆਲੇ ਦੇ ਦੁਖਨਿਵਾਰਨ ਸਾਹਿਬ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ, ਪਰ ਇਹ ਜਿਹੜੀ ਅਪੀਲ ਹੈ ਸੰਗਤਾਂ ਜ਼ਰੂਰ ਮੰਨਣ, ਕਿਉਂਕਿ ਜਥੇਦਾਰ ਸਾਹਿਬਾਨ ਵੱਲੋਂ ਵੀ ਇਹ ਅਪੀਲ ਕੀਤੀ ਗਈ ਹੈ, ਪ੍ਰਸ਼ਾਸਨ ਵੱਲੋਂ ਵੀ ਇਹ ਅਪੀਲ ਕੀਤੀ ਗਈ ਹੈ, ਕਿਉਂਕਿ ਜਿਹੜੀ ਇਹ ਅਪੀਲ ਹੈ ਜਿਹੜੀ ਸੰਗਤ ਹੈ ਉਸਦੇ ਹੱਕ ਵਿੱਚ ਹੀ ਕੀਤੀ ਗਈ ਹੈ। ਸੋ ਅਸੀਂ ਵੀ ਆਸ ਕਰਦੇ ਹਾਂ ਜਿਹੜੀਆਂ ਸੰਗਤਾਂ ਨੇ ਧਾਰਮਿਕ ਅਸਥਾਨਾਂ ਦੇ ਉੱਤੇ ਇਕੱਠ ਨਾ ਕਰਨ ਅਤੇ ਆਪਣੇ ਘਰੇ ਹੀ ਸਿਮਰਨ ਦਾ ਪਾਠ ਅਤੇ ਨਾਮ ਜਪਣ। ਅਮਨਦੀਪ ਸਿੰਘ, ਅਜੀਤ ਵੈਬ ਟੀਵੀ, ਪਟਿਆਲਾ।